जगतार सिंह तारा नूं लेके पिंड मुगल माजरी दे विच पहुंची है। पुलिस बेहद सख्त सुरक्षा प्रबंधा दे तहत लिया गया उन्हां दी भतीजी दा, क्योंकि अज विआह आनंद कारज होने ने और इत्थे बिल्कुल नेड़े एक पैलेस है जिथे विआह दा प्रोग्राम रखा गया। और इस दे चलदिआं इस गुरद्वारा साहिब पिंड मुगल माजरी दे गुरद्वारा साहिब दे विच आनंद कारज कीते जाने ने। हालांकि उन्हां दा आपदा पिंड इत्थों करीब 10-12 किलोमीटर दूर है डेक वाला, पर क्योंकि गुरद्वारा साहिब बिल्कुल नेड़े पैंदा जिहड़ा मैरिज पैलेस है उसदे, इस करके इत्थे लिआंदा गया जगतार सिंह तारा होरां नूं। 2 घंटे दी पैरोल दित्ती गई है तां कि उह अपनी ਭਤੀਜੀ ਦੇ ਆਨੰਦ ਕਾਰਜ ਦੇ ਵਿੱਚ ਸ਼ਾਮਲ ਹੋ ਸਕਣ। ਉਹਨਾਂ ਦੇ ਭਰਾ ਦੀ ਪਹਿਲਾਂ ਜਿਹੜੀ ਮੌਤ ਹੋ ਚੁੱਕੀ ਹੈ, ਇਸ ਕਰਕੇ ਜਿਹੜੀਆਂ ਰਸਮਾਂ ਨੇ ਉਹ ਜਗਤਾਰ ਸਿੰਘ ਤਾਰਾ ਨੇ ਨਿਭਾਉਣੀਆਂ ਨੇ। ਤਾਂ ਇਸ ਗੱਡੀ ਦੇ ਵਿੱਚ ਲਿਆਂਦਾ ਗਿਆ ਜਗਤਾਰ ਸਿੰਘ ਤਾਰਾ ਹੋਰਾਂ ਨੂੰ ਔਰ 11 ਤੋਂ 1 ਵਜੇ ਤੱਕ ਉਹ ਆਪਣੇ ਪਰਿਵਾਰ ਦੇ ਇਸ ਸਮਾਗਮ ਦੇ ਵਿੱਚ ਆਪਣੀ ਭਤੀਜੀ ਦੇ ਆਨੰਦ ਕਾਰਜ ਦੇ ਵਿੱਚ ਸ਼ਾਮਲ ਹੋ ਸਕਣਗੇ। ਤਾਂ ਇਸ ਦੇ ਲਈ ਅਦਾਲਤ ਤੋਂ ਆਦੇਸ਼ ਜਾਰੀ ਹੋਣ ਤੋਂ ਬਾਅਦ ਅਦਾਲਤ ਦੇ ਆਰਡਰ ਮੁਤਾਬਕ ਸਖਤ ਸੁਰੱਖਿਆ ਪ੍ਰਬੰਧਾਂ ਦੇ ਤਹਿਤ ਜਗਤਾਰ ਸਿੰਘ ਤਾਰਾ ਨੂੰ ਇੱਥੇ ਲਿਆਂਦਾ ਗਿਆ ਗੁਰਦੁਆਰਾ ਪਿੰਡ ਮੁਗਲ ਮਾਜਰੀ। ਤਾਂ ਇਹ ਤਸਵੀਰਾਂ ਤੁਹਾਡੇ ਸਾਹਮਣੇ ਨੇ ਕਿ ਹਾਈ ਸਿਕਿਉਰਿਟੀ ਦੇ ਵਿੱਚ ਸਖਤ ਸੁਰੱਖਿਆ ਪ੍ਰਬੰਧਾਂ ਦੇ ਵਿੱਚ ਜਗਤਾਰ ਸਿੰਘ ਤਾਰਾ ਨੂੰ ਲਿਆਂਦਾ ਗਿਆ। ਕੋਰਟ ਦੇ ਹੁਕਮਾਂ ਮੁਤਾਬਕ 2 ਘੰਟੇ ਦੀ ਜਿਹੜੀ ਹੈ 2 ਘੰਟੇ ਦੀ ਥੋੜ੍ਹਾ ਪਿੱਛੇ ਹੋ ਜਾਓ 2 ਘੰਟੇ ਦੀ ਜਿਹੜੀ ਹੈ ਇਜਾਜ਼ਤ ਦਿੱਤੀ ਗਈ ਹੈ ਪਰਿਵਾਰ ਦੇ ਨਾਲ ਮਿਲਣ ਦੇ ਲਈ। ਤਾਂ ਇਹ ਜਗਤਾਰ ਸਿੰਘ ਤਾਰਾ ਦੀਆਂ ਤਸਵੀਰਾਂ ਤੁਹਾਡੇ ਸਾਹਮਣੇ ਨੇ। ਜਗਤਾਰ ਸਿੰਘ ਤਾਰਾ ਖੁੱਲ੍ਹਾ ਦਾੜਾ ਔਰ ਸਿਰ 'ਤੇ ਪੀਲਾ ਪਰਨਾ, ਇਹ ਤਸਵੀਰਾਂ ਨੇ ਜਗਤਾਰ ਸਿੰਘ ਤਾਰਾ ਦੀਆਂ। ਜੇਲ੍ਹ ਦੇ ਵਿੱਚੋਂ 2 ਘੰਟੇ ਦੇ ਲਈ ਉਹਨਾਂ ਨੂੰ ਪੈਰੋਲ ਦਿੱਤੀ ਗਈ ਆਪਣੀ ਭਤੀਜੀ ਦੇ ਆਨੰਦ ਕਾਰਜ ਦੇ ਵਿੱਚ ਸ਼ਾਮਲ ਹੋਣ ਦੇ ਲਈ। ਤਾਂ ਇਹ ਤਸਵੀਰਾਂ ਨੇ ਆਪਣੇ ਸਕੇ ਸੰਬੰਧੀਆਂ ਆਪਣੇ ਜਾਣਕਾਰਾਂ ਨੂੰ ਆਪਣੇ ਰਿਸ਼ਤੇਦਾਰਾਂ ਨੂੰ ਮਿਲਦੇ ਹੋਏ ਔਰ ਸਖਤ ਸੁਰੱਖਿਆ ਪ੍ਰਬੰਧਾਂ ਦੇ ਤਹਿਤ ਲਿਆਂਦਾ ਗਿਆ, ਕਿਉਂਕਿ ਅਦਾਲਤ ਨੇ ਇਜਾਜ਼ਤ ਦਿੱਤੀ ਹੈ ਆਪਣੇ ਪਰਿਵਾਰ ਨੂੰ ਮਿਲਣ ਦੇ ਲਈ ਔਰ ਉਹਨਾਂ ਦੀ ਭਤੀਜੀ ਦੇ ਵਿਆਹ ਦੇ ਵਿੱਚ ਸ਼ਾਮਲ ਹੋਣ ਦੇ ਲਈ। ਤਾਂ ਇਜਾਜ਼ਤ ਤੋਂ ਬਾਅਦ ਉਹਨਾਂ ਨੂੰ ਇੱਥੇ ਲਿਆਂਦਾ ਗਿਆ। ਹਾਲਾਂਕਿ ਇਹਨਾਂ ਦਾ ਆਪਦਾ ਪਿੰਡ ਡੇਕ ਵਾਲਾ ਜਿਹੜਾ ਹੈ ਉਹ ਇੱਥੋਂ ਕਰੀਬ 10-12 ਕਿਲੋਮੀਟਰ ਦੂਰ ਹੈ, ਪਰ ਕਿਉਂਕਿ ਇੱਥੇ ਪੈਲਸ ਆ ਜਿਹੜਾ ਜਿੱਥੇ ਵਿਆਹ ਰੱਖਿਆ ਗਿਆ ਉਹ ਪੈਲਸ ਬਿਲਕੁਲ ਨਜ਼ਦੀਕ ਹੈ, ਇਸ ਲਈ ਪਿੰਡ ਮੁਗਲ ਮਾਜਰੀ ਦੇ ਵਿੱਚ ਆਨੰਦ ਕਾਰਜ ਜਿਹੜੇ ਨੇ ਉਹ ਰੱਖੇ ਗਏ ਨੇ। ਔਰ ਇੱਥੇ ਜਗਤਾਰ ਸਿੰਘ ਤਾਰਾ ਪਹੁੰਚੇ ਨੇ, ਉਹਨਾਂ ਦੀ ਭਤੀਜੀ ਦਾ ਆਨੰਦ ਕਾਰਜ ਜਿਹੜੇ ਨੇ ਉਹ ਇੱਥੇ ਹੋਣੇ ਨੇ। ਆਪਣੇ ਜਾਣਕਾਰਾਂ ਨੂੰ ਆਪਣੇ ਸਕੇ ਸੰਬੰਧੀਆਂ ਨੂੰ ਮਿਲਦੇ ਹੋਏ ਜਗਤਾਰ ਸਿੰਘ ਤਾਰਾ ਪੀਲਾ ਪਰਨਾ ਔਰ ਖੁੱਲ੍ਹਾ ਦਾੜਾ ਪ੍ਰਕਾਸ਼ ਕੀਤਾ ਹੋਇਆ ਤਾਂ ਇੱਥੇ ਪਹੁੰਚੇ ਨੇ। ਔਰ ਆਨੰਦ ਕਾਰਜ ਦੀ ਰਸਮ ਤੋਂ ਬਾਅਦ 2 ਘੰਟੇ ਦਾ ਜਿਹੜਾ ਪੂਰਾ ਸਮਾਂ ਦਿੱਤਾ ਗਿਆ 2 ਘੰਟੇ ਦੇ ਵਿੱਚ ਆਨੰਦ ਕਾਰਜ ਦੀ ਰਸਮ ਹੈ ਜਿਹੜੀ ਉਹ ਅਦਾ ਹੋਣੀ ਹੈ। ਉਸ ਤੋਂ ਬਾਅਦ ਇੱਥੋਂ ਰਵਾਨਾ ਹੋਣਗੇ ਜਗਤਾਰ ਸਿੰਘ ਤਾਰਾ ਹੋਰਾਂ ਨੂੰ ਭਾਰੀ ਸੁਰੱਖਿਆ ਪ੍ਰਬੰਧਾਂ ਦੇ ਤਹਿਤ ਇੱਥੋਂ ਲੈ ਕੇ ਜਾਇਆ ਜਾਵੇਗਾ। ਤਾਂ ਇਹ ਤਸਵੀਰਾਂ ਨੇ ਤੁਹਾਡੇ ਸਾਹਮਣੇ। ਪੁਲਿਸ ਨੇ ਸਖਤ ਸੁਰੱਖਿਆ ਪ੍ਰਬੰਧ ਕੀਤੇ ਨੇ ਅਦਾਲਤ ਦੇ ਹੁਕਮਾਂ ਦੇ ਮੁਤਾਬਕ, ਜੋ ਜੋ ਅਦਾਲਤੀ ਹੁਕਮਾਂ ਦੇ ਮੁਤਾਬਕ ਜਿਹੜਾ ਦੱਸਿਆ ਗਿਆ ਉਸੇ ਮੁਤਾਬਕ ਜਿਹੜਾ ਹੈਗਾ ਪੂਰੀ ਕਾਰਵਾਈ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ, ਕਿਉਂਕਿ ਅਦਾਲਤ ਕਹਿੰਦੀ ਹੈ ਕਿ ਉਹ ਆਪਣੀ ਭਤੀਜੀ ਦੇ ਆਨੰਦ ਕਾਰਜ ਦੇ ਵਿੱਚ ਸ਼ਾਮਲ ਹੋ ਸਕਦੇ ਨੇ। ਇਸ ਦੇ ਲਈ ਉਹ ਪਹੁੰਚੇ ਨੇ ਤਾਂ ਆਪਣੇ ਕਰੀਬੀਆਂ ਨੂੰ ਮਿਲ ਰਹੇ ਨੇ। ਗੁਰਦੁਆਰਾ ਸਾਹਿਬ ਪਿੰਡ ਮੁਗਲ ਮਾਜਰੀ ਦੀਆਂ ਇਹ ਤਸਵੀਰਾਂ ਨੇ ਜਿੱਥੇ ਜਗਤਾਰ ਸਿੰਘ ਤਾਰਾ ਨੂੰ ਲਿਆਂਦਾ ਗਿਆ। ਹਾਲਾਂਕਿ ਇੱਥੇ ਪੂਰੀ ਜਿਹੜੀ ਹੈਗੀ ਹੈ ਇੱਕ ਕਿ ਸੁਰੱਖਿਆ ਘੇਰਾ ਜਿਹੜਾ ਬੇਸ਼ੱਕ ਰੱਖਿਆ ਗਿਆ, ਪਰ ਉਹ ਆਪਣੇ ਜਿਹੜੇ ਚਾਹੁਣ ਆਪਣੇ ਕਰੀਬੀ ਨੇ ਆਪਣੇ ਰਿਸ਼ਤੇਦਾਰ ਨੇ ਉਹਨਾਂ ਨੂੰ ਮਿਲ ਵੀ ਰਹੇ ਨੇ ਔਰ ਉਸ ਤਰ੍ਹਾਂ ਦੀ ਇਜਾਜ਼ਤ ਹੈ ਜਿਹੜੀ ਉਹਨਾਂ ਨੂੰ ਦਿੱਤੀ ਗਈ ਹੈ। ਔਰ ਭਤੀਜੀ ਦੇ ਆਨੰਦ ਕਾਰਜ ਦਾ ਹਿੱਸਾ ਬਣਨ ਦੇ ਲਈ ਜਗਤਾਰ ਸਿੰਘ ਤਾਰਾ ਹੋਰਾਂ ਨੂੰ ਜਿਹੜਾ ਹੈਗਾ ਲਿਆਂਦਾ ਗਿਆ, ਔਰ ਕਿਉਂਕਿ ਉਹਨਾਂ ਦੇ ਭਰਾ ਤੋਂ ਬਾਅਦ ਜ਼ਿੰਮੇਵਾਰੀ ਉਹਨਾਂ ਦੀ ਬਣਦੀ ਹੈ ਆਪਣੀ ਭਤੀਜੀ ਦੇ ਆਨੰਦ ਕਾਰਜ ਜਿਹੜੇ ਨੇ ਉਹ ਜਗਤਾਰ ਸਿੰਘ ਤਾਰਾ ਹੋਰਾਂ ਨੇ ਉਸਦੀ ਜ਼ਿੰਮੇਵਾਰੀ ਜਿਹੜੀ ਹੈ ਨਿਭਾਉਣੀ ਹੈ, ਰਸਮ ਆ ਜਿਹੜੀ ਉਹ ਅਦਾ ਕਰਨੀ ਹੈ ਇੱਕ ਪਿਤਾ ਦੀ ਥਾਂ 'ਤੇ ਉਹਨਾਂ ਦੇ। ਤਾਂ ਇਹ ਤਸਵੀਰਾਂ ਤੁਹਾਡੇ ਸਾਹਮਣੇ। ਤਾਂ ਗੁਰਦੁਆਰਾ ਸਾਹਿਬ ਦੇ ਅੰਦਰ ਸੀਸ ਝੁਕਾਉਂਦੇ ਹੋਏ ਨਤਮਸਤਕ ਹੁੰਦੇ ਹੋਏ ਤਾਂ ਇਹ
जगतार सिंह तरा दी तस्वीर ने गुरु घर नतमस्तक होंदे हुए जगतार सिंह तारा बेशक सख्त सुरक्षा घेरा जिहड़ा हैगा वह रखा गया पर जिस तरह की इजाजत उन्होंने दिती जानी चाहिए सी इजाजत है जिहड़ी अदालत के हुक्म मुताबक दिती गई है तो वह अपने परिवार नू अपने रिश्तेदारां नू सब नू मिल रहे ने मिल सकते ने गुरु के दर ते नतमस्तक भी जिहड़ा हैगा इस वेले हो रहे ने तो यह तस्वीर जगतार सिंह तारा होरां दीआं गुरु घर के अंदर इस वेले आके बैठे ने तो थोड़ी देर बाद आनंद कार्ज की जिहड़ी रस्म है वह शुरू होवेगी तो उदों जगतार सिंह तारा जिहड़ियां रस्मां ने वह निभाउणगे।